पूरा टाइम थोड़ी ड्यूटी होंगी है कि कोई होर भी आना? अच्छा चलो ठीक है ठीक है। तुम करना पुलिस को? चलो ठीक है चलो सर। ये कॉमन है सर, सिक्योरिटी का दो ट्रेस रख लेंगे ਜਿਹੜਾ ਵੀ ਕਾਊਂਟਿੰਗ ਏਜੰਟ ਦੀ ਐਂਟਰੀ ਸਰ ਉਧਰੋਂ ਪਿੱਛੋਂ ਦੀ ਹੈਗੀ ਆ ਦੋ ਸੈਪਰੇਟ ਦਰਵਾਜ਼ੇ ਉੱਥੇ ਨੇ ਉਹਦੇ ਲਈ ਤੁਹਾਨੂੰ ਐਸੇ ਸਿਵਲ ਦੇ ਬੰਦੇ ਲਗਾ ਕੇ ਉਹਨਾਂ ਦੇ ਸਲਿੱਪਾਂ ਸਲੁੱਪਾਂ ਪਾ ਕੇ ਇੱਕ ਅਲਮਾਰੀ ਦਿਓ ਉਹਨਾਂ ਨੂੰ ਲੋਹੇ ਦੀ ਰਾਈਟ ਕਿਉਂਕਿ ਨਹੀਂ ਤਾਂ ਫਿਰ ਮੋਬਾਈਲ ਫੋਨਾਂ ਦਾ ਰੌਲਾ ਪੈ ਜਾਂਦਾ ਸਰ ਲਾਸਟ ਟਾਈਮ ਨਾ ਤੇ ਉਹਨਾਂ ਦਾ ਨਿਰੀਖਣ ਕਰਨਾ ਸੀਗਾ ਕਿਉਂਕਿ ਥੋੜਾ ਸਮਾਂ ਲੱਗ ਗਿਆ ਅਸੀਂ ਲੰਚ ਕਰਕੇ ਜਸਟ ਬਸ ਹੁਣ ਤੁਹਾਡੇ ਕੋਲ ਆ ਹੀ ਰਹੇ ਹਾਂ ਤੇ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਬਰੀਫਿੰਗ ਕਰਨ ਦਾ ਇਹ ਭਾਵ ਸੀਗਾ ਕਿਉਂਕਿ 10 ਤਰੀਕ ਨੂੰ ਤਾਂ ਐਕਚੁਅਲ ਕਾਊਂਟਿੰਗ ਹੋ ਹੀ ਜਾਣੀ ਹੈ ਅਗਰ ਕੱਲ੍ਹ ਨੂੰ ਕੋਈ ਬਰੀਫ ਕਰ ਦਿੱਤਾ ਉਹ 10th ਮਾਰਨਿੰਗ ਨੂੰ ਜਦੋਂ ਨੂੰ ਛਪਦਾ ਬਾਈ ਦੈਟ ਟਾਈਮ ਤਾਂ ਇਲੈਕਸ਼ਨ ਦੇ ਰਿਜ਼ਲਟ ਹੀ ਆਉਣੇ ਸ਼ੁਰੂ ਹੋ ਜਾਣੇ ਹੈ ਸੋ ਅਸੀਂ 8th ਨੂੰ ਤੁਹਾਨੂੰ ਬਰੀਫਿੰਗ ਤਾਂ ਕਰ ਰਹੇ ਹਾਂ ਸੋ ਦੈਟ 9th ਨੂੰ ਤੁਸੀਂ ਲੋਕਾਂ ਨੂੰ ਚੰਗੀ ਤਰ੍ਹਾਂ ਇਹਨੂੰ ਸਾਰਾ ਸੂਚਿਤ ਕਰ ਸਕੋ ਲੁਧਿਆਣੇ ਜ਼ਿਲ੍ਹੇ ਦੇ ਅੰਦਰ ਟੋਟਲ 14 ਕੌਂਸਟੀਚੁਐਂਸੀਜ਼ ਨੇ ਇਹ 14 ਕੌਂਸਟੀਚੁਐਂਸੀ ਜਿਹੜੀਆਂ ਹੈਗੀਆਂ ਨੇ ਸਾਰੇ ਦੇ ਸਾਰੇ ਦੀਆਂ ਜਿਹੜੀਆਂ EVMs ਹਨ ਉਹ 20 ਫਰਵਰੀ ਨੂੰ ਵੋਟਾਂ ਪੈਣ ਤੋਂ ਬਾਅਦ 2979 ਪੋਲਿੰਗ ਬੂਥਸ ਦੀਆਂ ਪੂਰੀਆਂ ਜਿਹੜੀਆਂ EVMs ਨੇ ਔਰ VVPAT ਨੇ ਉਹਨਾਂ ਦੇ ਜਿਹੜੇ ਸਟਰੋਂਗ ਰੂਮਸ ਨੇ ਉਹ ਸਾਰੇ ਦੇ ਸਾਰੇ ਲੁਧਿਆਣਾ ਸ਼ਹਿਰ ਦੇ ਅੰਦਰ ਬਣਾਏ ਗਏ ਨੇ ਇਹ ਜਿਹੜੇ ਹੈਗੇ ਆ 8 ਬਿਲਡਿੰਗਸ ਦੇ ਅੰਦਰ ਸਾਡੇ ਸੈਂਟਰ ਨੇ ਇਹਨਾਂ 'ਚੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ 4 ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ 2 SCD ਕਾਲਜ ਫੋਰ ਮੈਨ ਐਂਡ ਵੂਮੈਨ ਹੁਣ ਤਾਂ ਦੋਨੇ ਹੀ ਹੋ ਗਿਆ ਉੱਥੇ 2 ਜਗ੍ਹਾ ਦੀ ਕਾਊਂਟਿੰਗ ਹੋਣੀ ਹੈ ਆਰੀਆ ਕਾਲਜ ਜਿਹੜਾ ਹੈਗਾ ਇੱਥੇ 1 ਸੈਂਟਰ ਬਣੇਗਾ ਕਾਊਂਟਿੰਗ ਦਾ ਇਸੇ ਤਰ੍ਹਾਂ ਹੀ KVM ਸਕੂਲ ਦਾ ਜਿਹੜਾ ਹਾਲ ਹੈਗਾ ਉੱਥੇ 1 ਗਵਰਨਮੈਂਟ ਕਾਲਜ ਫੋਰ ਵੂਮੈਨ ਇੱਥੇ 1 ਹੈ ਜਿਹੜਾ ਪੋਲੀਟੈਕਨਿਕ ਹੈ ਸਾਡਾ SRS ਇੱਥੇ 1 ਹੈ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫੋਰ ਗਰਲਸ ਇੱਥੇ 1 ਹੈ ਮਾਲਵਾ ਕਾਲਜ ਫੋਰ ਵੂਮੈਨ ਇੱਥੇ 1 ਹੈ ਸੋ ਟੋਟਲ 14 ਸੈਂਟਰਾਂ ਦੀ ਜਿਹੜੀ ਹੈਗੀ ਹੈ 57 ਦਾਖਾ ਤੋਂ ਲੈ ਕੇ 70 ਜਗਰਾਓਂ ਤੱਕ ਜਿਹੜੀ ਕਾਊਂਟਿੰਗ ਹੋਣੀ ਹੈ ਇਹ ਕਾਊਂਟਿੰਗ 10 ਤਰੀਕ ਨੂੰ ਸਵੇਰੇ 8 ਵਜੇ ਸ਼ੁਰੂ ਹੋਣੀ ਹੈ ਜਿਹੜਾ ਸਾਡਾ ਪੋਲਿੰਗ ਪਰਸਨਲ ਹੈਗੇ ਨੇ ਉਹਨਾਂ ਦੀ ਅਸੀਂ ਹੁਣ ਤੱਕ ਜਿਹੜੇ ਟੋਟਲ ਪੋਲਿੰਗ ਪਰਸਨਲ ਅਸੀਂ ਲਗਾਏ ਨੇ ਹਰ ਇੱਕ ਕੌਂਸਟੀਚੁਐਂਸੀ 14 ਕੌਂਸਟੀਚੁਐਂਸੀਆਂ ਦੇ ਵਿੱਚ ਕਿਉਂਕਿ 14 ਟੇਬਲ ਲੱਗਣੇ ਨੇ ਤੋ ਇਸ ਹਿਸਾਬ ਨਾਲ ਇੱਕ ਕੌਂਸਟੀਚੁਐਂਸੀ ਜਿਹੜੀ ਹੈਗੀ ਹੈ ਉਹਦੇ ਅੰਦਰ ਅਸੀਂ ਜਿਹੜੇ ਹਨ 14 ਟੇਬਲਾਂ ਦੇ ਉੱਪਰ ਹਰ ਇੱਕ ਟੇਬਲ ਦੇ ਉੱਪਰ ਇੱਕ ਕਾਊਂਟਿੰਗ ਸੁਪਰਵਾਈਜ਼ਰ ਹੈ ਇੱਕ ਕਾਊਂਟਿੰਗ ਅਸਿਸਟੈਂਟ ਹੈ ਔਰ ਇੱਕ ਕਾਊਂਟਿੰਗ ਮਾਈਕਰੋ ਅਬਜ਼ਰਵਰ ਹੈਗਾ ਸੋ ਇਹ ਜਿਹੜਾ ਸਟਾਫ ਟੋਟਲ ਬਣਦਾ ਹੈਗਾ ਇਨਕਲੂਡਿੰਗ 50% ਰਿਜ਼ਰਵ 882 ਬੰਦੇ ਜਿਹੜੇ ਪਿਓਰਲੀ ਕਾਊਂਟਿੰਗ ਡਿਊਟੀ 'ਤੇ ਲਗਾਏ ਗਏ ਨੇ ਇਸ ਤੋਂ ਇਲਾਵਾ ਬਹੁਤ ਸਾਰਾ ਸਟਾਫ ਜਿਹੜਾ ਹੈਗਾ ਹਰ ਇੱਕ ਟੇਬਲ ਦੇ ਉੱਪਰ 2-2 ਬੰਦੇ ਕੈਰੀ ਕਰਦੇ ਨੇ 28 ਨੂੰ 14 ਨਾਲ ਹੋਰ ਗੁਣਾ ਕਰਦੇ ਜਿਹੜੇ ਬਹੁਤ ਸਾਰੇ ਜਿਹੜੇ ਕਲਾਸ 4 ਇੰਪਲੋਈਜ਼ ਨੇ ਟੂ ਕੈਰੀ ਦਾ EVMs ਉਹਨਾਂ ਦੀ ਡਿਊਟੀ ਹੈ ਔਰ ਉਸ ਤੋਂ ਇਲਾਵਾ ਬਹੁਤ ਸਾਰਾ ਸਪੋਰਟ ਸਟਾਫ ਔਰ IT ਪਰਸਨਲ ਜਿਹੜੇ ਹੈਗੇ ਨੇ ਕਿਉਂਕਿ ਇਸ ਵਾਰ ਜਿਹੜਾ ਡਾਟਾ ਹੈਗਾ ਉਹ ਨਾਲ ਦੀ ਨਾਲ ਐਨਕੋਰ ਕਰਕੇ ਇੱਕ ਇਲੈਕਸ਼ਨ ਕਮਿਸ਼ਨ ਦਾ ਸੌਫਟਵੇਅਰ ਹੈ ਉਸ ਦੇ ਵਿੱਚ ਉਹ ਡਾਟਾ ਸਾਰਾ ਫੀਡ ਹੋਣਾ ਹੈਗਾ ਉਹਦੇ ਲਈ IT ਪਰਸਨਲ ਲਗਾਏ ਗਏ ਨੇ ਇਸ ਤੋਂ ਇਲਾਵਾ CP ਸਾਹਿਬ ਤੁਹਾਨੂੰ ਜ਼ਿਆਦਾ ਡਿਟੇਲ ਦੇ ਵਿੱਚ ਦੱਸਣਗੇ ਥਰੀ ਲੇਅਰ ਸਿਕਿਉਰਿਟੀ ਜੋ ਪਹਿਲਾਂ ਜਿਸ ਤਰ੍ਹਾਂ ਸੀਗੀ ਇਨਰ ਲੇਅਰ CAPF ਦੀ ਜਿਹੜੀ ਉਸ ਤੋਂ ਇਲਾਵਾ ਇੰਟਰਮੀਡੀਏਟ ਲੇਅਰ ਹੈ ਸੈਕਿੰਡ ਲੇਅਰ ਹੈਗੀ ਹੈ
ਉਹ ਸਟੇਟ ਆਰਮ ਪੁਲਿਸ PAP ਦੀ ਹੈ, ਆਊਟਰ ਜਿਹੜੀ ਲੇਅਰ ਹੈਗੀ ਹੈ ਉਹ ਲੋਕਲ ਪੁਲਿਸ ਦੀ ਹੈ। ਆਈ ਲੀਵ ਇਟ ਐਟ ਦੈਟ, ਔਰ ਜ਼ਿਆਦਾ ਡਿਟੇਲਸ CP ਸਾਹਿਬ ਇਸ 'ਤੇ ਦੇਣਗੇ ਤੁਹਾਨੂੰ। ਬਟ ਮੋਟੇ ਤੌਰ 'ਤੇ ਇਹ ਹੈਗਾ ਕਿ ਉਸ ਦਿਨ ਨੋ ਮੋਬਾਈਲਸ ਆਰ ਅਲਾਊਡ ਇਨਸਾਈਡ ਐਕਸੈਪਟ ਫੋਰ ਦਾ ਅਬਜ਼ਰਵਰ, ਜਾਂ ਇੱਕ ਮੋਬਾਈਲ ਔਫ ਕਰਕੇ ਰਿਟਰਨਿੰਗ ਆਫਿਸਰ ਕੇਵਲ ਲਿਜਾ ਸਕਦੇ ਨੇ। ਉਹ ਵੀ ਜਿਹੜੀ ETPBS ਨੇ ਫੌਜੀਆਂ ਦੇ ਜਿਹੜੇ ਇਲੈਕਟ੍ਰੋਨਿਕਲੀ ਟਰਾਂਸਮਿਟਡ ਪੋਸਟਲ ਬੈਲਟ ਪੇਪਰ ਆਉਂਦੇ ਨੇ ਉਹਨਾਂ ਦਾ ਇੱਕ OTP ਆਉਂਦਾ ਜਦੋਂ ਉਹਨਾਂ ਨੂੰ ਕਾਊਂਟ ਕਰਨਾ ਹੁੰਦਾ। ਨੋ ਵਨ ਵਿਲ ਬੀ ਅਲਾਊਡ ਐਂਟਰੀ ਵਿਦਆਊਟ ਆਈ ਕਾਰਡਸ। ਮੇਰੀ ਮੀਡੀਆ ਪਰਸਨਸ ਨੂੰ ਵੀ ਬੇਨਤੀ ਹੈ ਕਿ ਤੁਹਾਡਾ ਜਿਹੜਾ ਯੈਲੋ ਕਲਰ ਦਾ ਜਿਹੜਾ ECI ਵੱਲੋਂ ਪ੍ਰਵਾਨਿਤ ਤੁਹਾਡਾ ਆਈਡੈਂਟੀ ਕਾਰਡ ਹੈ, ਇਟ ਹੈਜ਼ ਬੀਨ ਸਰਕੂਲੇਟਡ ਟੂ ਆਲ ਸਿਕਿਉਰਿਟੀ ਏਜੰਸੀਜ, ਆਲ ਰਿਟਰਨਿੰਗ ਆਫਿਸਰਸ ਐਜ਼ ਵੈਲ ਐਜ਼ ਅਬਜ਼ਰਵਰਸ। ਸੋ ਕਾਈਂਡਲੀ ਆਪਣਾ ECI ਦਾ ਜਿਹੜਾ ਆਈਡੈਂਟੀ ਕਾਰਡ ਹੈ ਉਹਨੂੰ ਜ਼ਰੂਰ ਤੁਸੀਂ ਕੈਰੀ ਕਰਨਾ। ਮੀਡੀਆ ਪਰਸਨਸ ਜਿਹੜੇ ਹੈਗੇ ਇੱਕ ਸਪੈਸੀਫਾਈਡ ਲਾਈਨ ਤੱਕ ਔਰ ਇੱਕ ਪਰਟੀਕੁਲਰ ਟਾਈਮ ਪੀਰੀਅਡ 'ਤੇ ਹਰ ਇੱਕ ਜਗ੍ਹਾ 'ਤੇ ਤੁਹਾਡਾ ਮੀਡੀਆ ਸੈਂਟਰ ਬਣਿਆ ਹੋਏਗਾ। ਤੁਹਾਨੂੰ ਜਿਹੜੇ ਰਿਟਰਨਿੰਗ ਆਫਿਸਰ ਨੇ ਉਹ DPRO ਸਾਹਿਬ ਤੁਹਾਡੇ ਨਾਲ ਤਾਲਮੇਲ ਕਰਨਗੇ। ਆਫਟਰ ਰੈਗੂਲਰ ਇੰਟਰਵਲਸ ਜਿਹੜਾ ਹੈਗਾ ਤੁਹਾਨੂੰ ਅੰਦਰ ਲਿਜਾਇਆ ਜਾਏਗਾ। ਅੰਦਰ ਲਿਜਾ ਕੇ ਪਰਟੀਕੁਲਰ ਮਸ਼ੀਨ ਦੇ ਅੰਦਰ ਕੀ ਵੋਟਸ ਆ ਰਹੀਆਂ ਨੇ ਉਹਦੀ ਫਿਲਮਿੰਗ ਨਹੀਂ ਅਲਾਊਡ ਹੋਏਗੀ, ਬਟ ਓਵਰਆਲ ਜਨਰਲ ਸ਼ਾਟਸ ਜਿਹੜੇ ਹੈਗੇ ਤੁਸੀਂ ਲਿਜਾ ਸਕਦੇ ਹੋ। ਔਰ ਅੰਦਰ ਸਿਰਫ ਹੈਂਡ ਹੈਲਡ ਕੈਮਰਾਜ਼ ਲਿਜਾਏ ਜਾ ਸਕਦੇ ਆ, ਕੋਈ ਟ੍ਰਾਈਪੋਡਸ ਜਾਂ ਇਸ ਤਰ੍ਹਾਂ ਦੀ ਸਟੇਸ਼ਨਰੀ ਕੋਈ ਇਕੁਪਮੈਂਟ ਜਾਂ ਮੋਬਾਈਲ ਫੋਨਸ ਜਿਹਦੇ ਨਾਲ ਕਿ ਬਾਹਰ ਕਮਿਊਨੀਕੇਸ਼ਨ ਹੋ ਸਕੇ, ਉਹ ਜਿਹੜੀਆਂ ਚੀਜ਼ਾਂ ਉਹ ਅੰਦਰ ਅਲਾਊਡ ਨਹੀਂ ਹੋਣਗੀਆਂ। ਇਸ ਤੋਂ ਇਲਾਵਾ ਸਭ ਤੋਂ ਵੱਡੀ ਤੁਹਾਡੀ ਕਿਉਰਿਓਸਿਟੀ ਉਹ ਹੋਏਗੀ ਕਿ ਸਾਨੂੰ ਰਿਜ਼ਲਟਸ ਦਾ ਕਿੱਦਾਂ ਪਤਾ ਲੱਗੇਗਾ। ਜਦੋਂ ਹੀ ਅੰਦਰੋਂ ਰਾਊਂਡ ਵਾਈਜ਼ ਰਿਜ਼ਲਟ ਆਉਂਦੇ ਨੇ, ਜਿਹੜੀ ਤੁਹਾਡਾ ਮੀਡੀਆ ਸੈਂਟਰ ਹੈਗਾ ਉੱਥੇ ਇਹ ਰਿਜ਼ਲਟ ਡਿਸਕਲੋਜ਼ ਕੀਤਾ ਜਾਏਗਾ। ਸਾਰੇ ਰਿਟਰਨਿੰਗ ਆਫਿਸਰਸ ਨੂੰ ਕਿਹਾ ਗਿਆ ਕਿ ਉੱਥੇ ਇੱਕ LED ਤੁਹਾਡੀ ਲਗਾ ਦਿੱਤੀ ਜਾਵੇ ਜਿਸ 'ਤੇ ਕਿ ਉਹ ਅਪਡੇਟ ਕਰਦੇ ਰਹਿਣਗੇ। ਇਸ ਤੋਂ ਇਲਾਵਾ ਮੈਂ ਵੀ ਹਰੀ ਗਰਾਊਂਡ 'ਤੇ, ਆਈ ਪ੍ਰੋਮਿਸ ਯੂ ਕਿ ਮੈਂ ਆਪਦੇ ਫੋਨ ਤੋਂ ਜਦੋਂ ਮੇਰੇ ਕੋਲ ਕੰਪਾਈਲ ਹੋ ਕੇ ਰਾਊਂਡ ਵਾਈਜ਼ ਡਾਟਾ ਆਉਂਦਾ ਹੈ ਤਾਂ ਮੈਂ ਰੈਗੂਲਰਲੀ DPRO ਸਾਹਿਬ ਨੂੰ ਦਿੰਦਾ ਰਹੂੰਗਾ, ਉਹ ਅੱਗੇ ਜਿਹੜਾ ਹੈਗਾ ਤੁਹਾਨੂੰ ਫੀਡਬੈਕ ਦਿੰਦੇ ਰਹਿਣਗੇ। ਔਰ ਇਸ ਤੋਂ ਇਲਾਵਾ ਇੱਕ ਕੰਪਨੀ ਕੋਲੋਂ ਐਕਸਟਰਾ ਹੈਗੀ ਸਰ, ਇਹ ਹੈਗਾ ਕਿ ਮੈਂ ਉਹਦਾ ਲਿੰਕ ਜਿਹੜਾ ਹੈਗਾ ਇਸ ਵਾਰ DPRO ਸਾਹਿਬ ਨੂੰ ਭੇਜ ਦਿੱਤਾ। ਜਿਹੜਾ ਐਨਕੋਰ ਸੋਫਟਵੇਅਰ ਹੈਗਾ ਉਹਦੇ 'ਚ ਜਿਹੜਾ ਵੀ ਡਾਟਾ ਹੋਣਾ ਐਂਟਰ, ਉਹ ਬੂਥ ਵਾਈਜ਼ ਜਿਹੜਾ ਡਾਟਾ ਹੈ ਸਰ ਨੇ ਤੁਹਾਨੂੰ ਸਾਰਾ ਵਿਸਥਾਰਪੂਰਵਕ ਸਾਰੀ ਬਰੀਫਿੰਗ ਕਰ ਦਿੱਤੀ ਹੈ। ਜਿਹੜਾ ਸਿਕਿਉਰਿਟੀ ਦੇ ਨਾਲ ਰਿਲੇਟਡ ਮਸਲੇ ਹੈਗੇ ਉਹਦੇ 'ਚ ਸਭ ਤੋਂ ਇੰਪੋਰਟੈਂਟ ਤਾਂ ਹੈਗਾ ਕਿ ਜਿਹੜਾ ਪ੍ਰੈਮਿਸਿਸ ਹੈ ਜਿੱਥੇ ਕਾਊਂਟਿੰਗ ਹੋਣੀ ਹੈ, ਜੋ ECI ਦੀ ਗਾਈਡਲਾਈਨ, ਐਟਲੀਸਟ 100 meters ਉਸ ਪ੍ਰੈਮਿਸਿਸ ਤੋਂ ਨੇੜੇ ਪਾਰਕਿੰਗ ਨਹੀਂ ਹੋ ਸਕਦੀ। ਸੋ ਸਾਰੀਆਂ ਅਸੀਂ ਪਲੇਸਿਸ ਈਅਰਮਾਰਕ ਕੀਤੀਆਂ ਹੋਈਆਂ ਔਰ ਉੱਥੇ ROs ਨੂੰ ਅਤੇ ਲੋਕਲ DSP ਸਾਹਿਬਾਨ ਨੂੰ ACPs ਨੂੰ ਅਸੀਂ ਕਹਿ ਕੇ ਆਏ ਹਾਂ ਕਿ ਉੱਥੇ ਸਾਈਨੇਜ ਹੋਏਗਾ ਔਰ ਵੈਲ ਡਿਜ਼ਾਈਨਡ ਪਾਰਕਿੰਗ ਦਿੱਤੀ ਜਾਊਗੀ। ਪਾਰਕਿੰਗਸ ਦਾ ਸਿਕਿਉਰਿਟੀ ਅਰੇਂਜਮੈਂਟ ਵੀ ਅਸੀਂ ਅਲੱਗ ਕਰ ਰਹੇ ਹਾਂ। ਉਸ ਤੋਂ ਇਲਾਵਾ ਜਿਹੜੀ ਮੇਨ ਰੋਡ ਹੈ ਜਿੱਥੇ 3rd tier ਦੇ ਬਾਹਰ ਮਤਲਬ ਮੇਨ ਰੋਡ ਹੀ ਆ ਜਾਂਦੀ ਹੈ, ਜਿਵੇਂ 2-3 ਆਪਣੇ ਕਾਲਜ ਰੋਡ ਦੇ ਉੱਤੇ ਹੈਗੇ ਆ ਕਾਊਂਟਿੰਗ ਸੈਂਟਰ, ਉੱਥੇ ਅਸੀਂ ਪਲੈਨ ਇਹ ਕੀਤਾ ਕਿ ਉਹਨੂੰ ਉਸ ਥੋੜ੍ਹੇ ਦੇਰ ਵਾਸਤੇ ਟ੍ਰੈਫਿਕ ਡਾਇਵਰਸ਼ਨ ਦੇਣੀ ਪਏਗੀ। ECI ਗਾਈਡਲਾਈਨਸ ਬੜੀਆਂ ਕਲੀਅਰ ਹੈ ਕਿ ਉੱਥੇ ਆ ਕੇ ਮਤਲਬ ਇਹੋ ਜਿਹਾ ਕੋਈ ਰੋਡ ਬਲੋਕ ਨਾ ਹੋ ਜਾਵੇ, ਕੋਈ ਚੀਜ਼ ਰੁਕ ਨਾ ਜਾਵੇ। ਸੋ ਉਹਦੇ 'ਚ ਉਹ ਮੈਂ ਆਲਰੇਡੀ ਟ੍ਰੈਫਿਕ ਵਾਲਿਆਂ ਨੂੰ ਕਹਿ ਦਿੱਤਾ, ਅਸੀਂ ਤੁਹਾਨੂੰ ਉਹ ਵੀ ਜਾਰੀ ਵੀ ਕਰ ਦਿਆਂਗੇ ਕੱਲ੍ਹ ਤੱਕ, ਕੋਸ਼ਿਸ਼ ਕਰਦੇ ਹਾਂ ਸ਼ਾਮ ਨੂੰ ਹੀ ਕਿ ਵਟ ਵਿਲ ਬੀ ਦ ਡਾਇਵਰਸ਼ਨ ਪਲੈਨ ਫੋਰ ਦੈਟ। ਦੂਜਾ ਇਹਦੇ 'ਚ ਮੇਨ ਗੱਲ ਹੈਗੀ ਹੈ ਕਿ ਜਿਹੜੇ ਅੰਦਰ ਜਾਣ ਵਾਸਤੇ ਫਰਿਸਕਿੰਗ ਦਾ ਹੈਗਾ, ਦੇਖੋ 3-tier ਸਿਸਟਮ ਹੈ, ਡਿਸਟ੍ਰਿਕਟ ਪੁਲਿਸ ਵੀ ਫਰਿਸਕ ਕਰੇਗੀ ਜਿਵੇਂ ਗੇਟ ਵਗੈਰਾ ਦੇ ਉੱਤੇ, ਔਰ ਚੈੱਕ ਵੀ ਕਰੇਗੀ। ਆਥੋਰਾਈਜ਼ ਪਰਸਨ ਹੀ ਅੰਦਰ ਜਾ ਸਕਣਗੇ, ਜਿਵੇਂ ਮੀਡੀਆ ਵਾਸਤੇ ਤੁਹਾਨੂੰ ਪਹਿਲਾਂ ਹੀ ਦੱਸਿਆ ਉਹੀ ਲੋਕ ਜਿਹੜੇ ਜਾ ਸਕਦੇ ਨੇ ਅਲਾਊਡ ਨੇ ਐਜ਼ ਪਰ ECI ਯੈਲੋ ਕਾਰਡ ਤੱਕ ਉਹ ਜਾਣਗੇ। ਉਹਨਾਂ ਬਾਰੇ ਅਸੀਂ ਸਰਕੂਲੇਟ ਕਰ ਦਿੱਤਾ, DPRO ਸਾਹਿਬ ਦੇ ਵੀ ਉੱਥੇ ਨੁਮਾਇੰਦੇ ਇਹਨਾਂ ਨੇ ਮੈਨੂੰ ਦੱਸਿਆ ਹੋਣਗੇ। ਸੋ ਇਟ ਵਿਲ ਬੀ, ਇਹਨਾਂ ਨਾਲ ਕੋਆਰਡੀਨੇਸ਼ਨ ਪੂਰਾ ਹੋਏਗਾ, ਕੋਈ ਦਿੱਕਤ ਨਹੀਂ ਆਪਾਂ ਨੂੰ ਆਏਗੀ। ਦੂਜਾ 2nd tier ਹੈਗਾ ਸਟੇਟ ਆਰਮ ਪੁਲਿਸ ਦਾ, ਉੱਥੇ ਵੀ ਫਰਿਸਕਿੰਗ ਹੋਏਗੀ, ਉੱਥੇ ਵੁਮੈਨ ਸਟਾਫ ਵੀ ਜਿਹੜਾ ਨਾਲ ਅਸੀਂ ਉਹਨਾਂ ਨੂੰ ਮੁਹੱਈਆ ਕਰਾ ਰਹੇ ਹਾਂ ਐਜ਼ ਪਰ ECI ਗਾਈਡਲਾਈਨਸ। 3rd ਤਾਂ ਨੈਚੁਰਲੀ ਜਿਹੜਾ ਪੈਰਾਮਿਲਟਰੀ CAPF ਜਿਹਨੂੰ ਕਹਿੰਦੇ ਆ, ਉਹ ਉਹਨਾਂ ਦਾ ਤਾਂ ਉੱਥੇ ਹੈਗਾ ਹੀ ਹੈ। ਮੇਨ ਜਿਹੜਾ ਇਹਦੇ 'ਚ ਹੋਰ ਦੂਸਰਾ ਗੱਲ ਹੈ ਕਿ ਜਿਹੜਾ
रस्ता हैगा ई वी एम का, मैं तो डी सी साहब ने जाके हरेक काउंटिंग सेंटर देखिया कि ई वी एम की इंटरफेरेंस नहीं होनी चाहिए, चाहे वह काउंटिंग स्टाफ है या कोई होर ने। सो उन्हों बेस्ट पॉसीबल एज पर लोकेशन सारा आर ओज के नाल ते लोकल अफसर ने कर दिता। पुलिस की तुहानू पता ही है एंट्री इज़ नॉट अलाउड अंदर काउंटिंग सेंटर दे, वो सिर्फ जदों आर ओ साहब रेकुजिशन करनगे उदों ही जाना है। आपां उस तो अलावा जिहड़े साडे ऑफिसर्स ने उन्हां नू असी डी सी पी लैवल या जॉइंट सी पी लैवल के ऑफिसर नू दो दो काउंटिंग सेंटर जिवें अगे असी ईयरमार्क कीतियां सीगियां दो दो कॉन्स्टिट्यूएंसी, इस तरह ही उन्हां नू दित्तियां होईयां उस तरीके नाल। उस तो अलावा उन्होंने थले ए डी सी पी साहबान ने ए सी पी साहबान ने जिहड़े साडे को एक्सट्रा इंस्पैक्टर सब इंस्पैक्टर ने, वो सारा असी जो ड्यूरिंग इलैक्शन पोलिंग वाले दिन अरेजमेंट से उस तरह इदा ही होंगे। लॉ एंड ऑर्डर कॉम्पोनेंट असी अलग रखे, और उस तो बाद जिहड़ा विक्ट्री प्रोसैशन या कोई यहो जिहा प्रोसैशन उत्थे अलाउड ही नहीं है काउंटिंग सेंटर तो। और दूसरी गल ये है कि जदों उस तो बाद कोई विक्ट्री प्रोसैशन कटदा भी है, असी सारा रिक्वेस्ट आर ओज नूं अज डी साहब ने बुलाया, उस पुलिस वाले भी बुलाए है, असी वीडियोग्राफी उहदी सारी करवाउणी मैंडेटरी है, क्योंकि उहदे च जिहड़ा खर्चा हैगा वो कोई भी चीज़ जिहड़ी यूज़ करता वो खर्चे दे विच पएगा। सो पोलिटिकल पार्टीज़ नूं नैचुरली इस बारे पहले ही अवेयर होणगियां, पर तुहाडे नाल भी शेयर करना बड़ा जरूरी है, उत्थे कोई लड़ाई झगड़ा ना हो। उस वास्ते भी असी सारा अरेंजमेंट जिवें पोलिंग डे वाले से तकरीबन उही सारा कर रहे हैं। पैरामिलिट्री दियां अपने को तीन कंपनियां तां जिहड़ियां ऑलरेडी लगियां हुई हैं अठ स्ट्रोंग रूम्स के उत्ते, उस तो अलावा एक साडे को आई टी बी पी की कंपनी है, उन्हों भी ई सी आई की गाइडलाइनस के मुताबक आप एक्टिव अकाउंटिंग ड्यूटी पर ही लावांगे। उत्थे उहदी डिप्लॉयमेंट असी उस हिसाब नाल ही की जा रही है, सो दैट वो रिजर्व ना रहे, कोई नेड़े नाका लग जाएगा या कोई इहो जी चीज़ होएगी, बिल्कुल काउंटिंग सेंटर नूं प्रोटैक्ट करन वास्ते। तो उहदे च जिहड़े एक इंपोर्टेंट गल हो रहा है कि ई सी आई की गाइडलाइनस मुताबक एक एक मैजिस्ट्रेट जिहड़ा वो बाहरले थर्ड टीयर ते सैकेंड टीयर दे विच मुहैया करवाउणा, डी साहब ने ऑलरेडी उहदे बारे ऑर्डर कर दित्ते ने, वो एक मैंडेटरी प्रोविजन हैगा, वो भी असी ऑन ग्राउंड जिहड़ियां वो चीज़ां उत्थे होणगियां।